ਨਵਾਂ ਦਿਨ ਨਵੀਂ ਸ਼ੁਰੂਆਤ ਤੇ ਉਹ ਸ਼ੁਰੂਆਤ ਵੀਜ਼ਿਆਂ ਦੇ ਨਾਲ ਅੱਜ ਤਾਂ ਜੀ ਯੂਕੇ ਸਪਾਊਸ ਵੀਜ਼ਾ ਐਪਲੀਕੇਸ਼ਨ ਦੇ ਨਾਲ ਜਦੋਂ ਸਪਾਊਸ ਵੀਜ਼ਾ ਦੀ ਗੱਲ ਹੁੰਦੀ ਤਾਂ ਬੜੇ ਸਟੂਡੈਂਟ ਦੇ ਜ਼ਿਹਨ 'ਚ ਹੁੰਦਾ ਕਿ ਮੈਂ ਵੀ ਨਾਲ ਹੀ ਅਪਲਾਈ ਕਰਨਾ ਜਿੱਦਾਂ ਕਿ ਹਰ ਇੱਕ ਨੂੰ ਪਤਾ ਕਿ ਕੈਨੇਡਾ ਦੇ ਵਿੱਚ ਅਪਲਾਈ ਕਰਦੇ ਹੋ 6 ਮਹੀਨੇ ਐਜੂਕੇਸ਼ਨ ਹੁੰਦੀ ਉਸ ਤੋਂ ਬਾਅਦ ਅਪਲਾਈ ਕਰਦੇ ਹਾਂ ਉਹ ਵੀ ਨਾਲ ਐਪਲੀਕੇਸ਼ਨ ਹੋਣੀ ਨਹੀਂ ਹੈ ਸਾਲ ਬਾਅਦ ਜਿੱਥੇ ਵੀਜ਼ਾ ਗ੍ਰਾਂਟ ਹੁੰਦਾ ਆਸਟ੍ਰੇਲੀਆ ਦੇ ਐਪਲੀਕੈਂਟ ਜਿਹੜੇ ਅਪਲਾਈ ਕਰਦੇ ਕਿ ਇੱਕ ਰਿਕੁਆਇਰਮੈਂਟ ਬੇਸਿਕ ਹੋ ਜਾਂਦੀ ਕਿ ਦੋਨੋਂ ਐਪਲੀਕੈਂਟਸ ਗ੍ਰੈਜੂਏਟ ਚਾਹੀਦੇ ਆ ਬਟ ਜਿਹੜੇ ਐਪਲੀਕੈਂਟਸ 10th ਹੈ ਜਾਂ 12th ਹੈ ਜਾਂ ਜਿਨ੍ਹਾਂ ਦੀ ਗ੍ਰੈਜੂਏਸ਼ਨ ਨਹੀਂ ਹੋਈ ਯੂਕੇ ਜਾਣਾ ਚਾਹੁੰਦੇ ਆਪਣੇ ਸਪਾਊਸ ਦੇ ਨਾਲ ਪਹਿਲੇ ਦਿਨ ਤੋਂ ਵਰਕ ਪਰਮਿਟ ਲੈਣਾ ਚਾਹੁੰਦੇ ਆ ਇਕੱਠੇ ਫਲਾਈਟ ਕਰਾਉਣਾ ਚਾਹੁੰਦੇ ਆ ਇਹ ਵੀਡੀਓ ਉਹਨਾਂ ਦੇ ਲਈ ਹੈ ਇਹ ਟੈਸਟੀਮੋਨੀਅਲ ਉਹਨਾਂ ਦੇ ਲਈ ਹੈ ਜੋ ਕਿ ਸਟੂਡੈਂਟ ਪਲਕ ਔਰ ਸੌਰਵ ਸਪਾਊਸ ਵੀਜ਼ਾ ਗ੍ਰਾਂਟ ਹੋਇਆ ਸੋ ਕੰਗਰੈਚੁਲੇਸ਼ਨ ਜੀ ਤੁਹਾਡਾ ਵੀਜ਼ਾ ਗ੍ਰਾਂਟ ਹੋ ਚੁੱਕਾ ਸੋ ਸਪਾਊਸ ਵੀਜ਼ਾ ਐਪਲੀਕੇਸ਼ਨ ਜਿਹੜੇ ਅਪਲਾਈ ਕਰਨਾ ਚਾਹੁੰਦੇ ਆ ਸੋ ਇਹਨਾਂ ਤੋਂ ਜਾਣਨਾ ਚਾਹੂੰਗਾ ਕਿ ਕੀ ਤੁਹਾਡੀ ਜਰਨੀ ਰਹੀ ਓਮ ਗਲੋਬਲ ਦੇ ਨਾਲ ਜਦੋਂ ਤੁਸੀਂ ਫਸਟ ਟਾਈਮ ਵਿਜ਼ਿਟ ਕੀਤਾ ਸੀਗਾ ਤੇ ਅੱਜ ਤੁਹਾਡਾ ਸਪਾਊਸ ਵੀਜ਼ਾ ਗ੍ਰਾਂਟ ਹੈ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਮੇਰਾ ਨਾਮ ਪਲਕ ਹੈ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਮੈਂ ਆਪਣੀ ਗ੍ਰੈਜੂਏਸ਼ਨ 2020 ਵਿੱਚ ਕੰਪਲੀਟ ਕੀਤੀ ਸੀਗੀ ਮੈਂ ਫੇਸਬੁੱਕ 'ਤੇ ਓਮ ਗਲੋਬਲ ਦਾ ਪੇਜ ਦੇਖਿਆ ਮੈਂ ਪੇਜ ਤੋਂ ਇਹਨਾਂ ਦਾ ਨੰਬਰ ਚੱਕਿਆ ਔਰ ਕਾਲ ਕੀਤੀ ਕਾਲ ਕਰਕੇ ਮੈਂ ਆਫਿਸ ਵਿਜ਼ਿਟ ਕੀਤਾ ਔਰ ਆਪਣਾ ਵੀਜ਼ਾ ਅਪਲਾਈ ਕੀਤਾ ਮੇਰਾ ਵੀਜ਼ਾ ਵਿਦਇਨ 1 ਮੰਥ ਮੇਰੇ ਹੱਥ ਵਿੱਚ ਹੈ ਮੈਂ ਬਹੁਤ ਹੈਪੀ ਹਾਂ ਮੈਂ ਸਾਰਿਆਂ ਨੂੰ ਇਹ ਰਿਕਮੈਂਡ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਇੱਕ ਵਾਰ ਓਮ ਗਲੋਬਲ ਵਿਜ਼ਿਟ ਕਰੋ ਥੈਂਕ ਯੂ ਸਰ